ਕਿਸੇ ਨੇ ਸੁਨਾਮ ਬਠਿੰਡਾ ਮਾਨਸਾ ਜਾਣਾ ਪਰ ਇੱਥੇ ਜਾਮ ਲੱਗ ਗਿਆ, ਜਾਮ ਜਦੋਂ ਲੱਗਿਆ ਤਾਂ ਬੱਸਾਂ ਜਾਮ 'ਚ ਫਸੀਆਂ ਅਤੇ ਉਹਦਾ ਜਿਹੜਾ ਖਮਿਆਜ਼ਾ ਹੈਗਾ ਉਹਨਾਂ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਜਿਹੜੇ ਇਹਨਾਂ ਬੱਸਾਂ ਦੇ ਵਿੱਚ ਫਸੇ ਨੇ। ਰੋਜ਼ ਦਾ ਆਉਣਾ ਜਾਣਾ ਬਹੁਤ ਪਰੇਸ਼ਾਨੀ ਹੋ ਰਹੀ ਅੰਕਲ, ਉਹਨੇ ਅੱਗੇ ਸੰਗਰੂਰ ਤੋਂ ਵੀ ਗਾਹਾਂ ਪਹੁੰਚਣਾ, ਕੋਈ ਉੱਥੋਂ ਬੱਸ ਨਹੀਂ ਮਿਲੇਗੀ, ਇਨ ਕਿਸੇ ਦੀ ਤਾਂ ਸਿਰਦਰਦੀ ਨਹੀਂ ਹੈ ਨਾ, ਜਿਹਦੇ ਘਰੇ ਮੇਲਸ ਨਹੀਂ ਆ ਉਹ ਕਿੱਧਰ ਜਾਵੇ। ਸਾਡੀ ਇਹ ਚੀਜ਼ਾਂ ਕਰਕੇ ਸਾਡੀ ਅਟੈਂਡੈਂਸ ਘੱਟ ਰਹੀ ਹੈ, ਸਾਡੀ ਸਟੱਡੀਜ਼ 'ਤੇ ਵੀ ਇਫੈਕਟ ਪੈਂਦਾ, ਘਰ ਦੇ ਵੀ ਸਾਰਾ ਟਾਈਮ ਸਟ੍ਰੈਸ ਦੇ ਵਿੱਚ ਰਹਿੰਦੇ ਨੇ, ਬੱਚੇ ਘਰੇ ਨਹੀਂ ਪਹੁੰਚੇ, ਇੰਨਾ ਟਾਈਮ ਹੋ ਗਿਆ। ਅਤੇ ਤੁਹਾਨੂੰ ਲਾਈਟ ਦਿਖ ਜਾਵੇ, ਇੱਥੇ ਕੋਈ ਕੁੜੀ ਰਾਤ ਨੂੰ ਆ ਕੇ ਬੱਸ ਨਹੀਂ ਚੜ੍ਹ ਸਕਦੀ 9 ਵਜੇ ਤੱਕ। ਟੋਲ 'ਤੇ ਸਾਨੂੰ ਚੜ੍ਹਦੀ ਨਹੀਂ ਹੈਗੇ, ਕਹਿ ਦਿੰਦੇ ਪਿੱਛੋਂ ਸੰਗਰੂਰ ਵਾਲੇ ਮੇਨਸ ਵਾਰੀਆਂ ਚੜ੍ਹਾ ਲੈਂਦੇ, ਸਾਨੂੰ ਚੜ੍ਹਾਉਂਦੀ ਨਹੀਂ ਹੈਗੇ, ਪੌਨੀਗੜ੍ਹ ਵਾਲੇ ਤੱਕ ਉਰੇ ਰੁਲਦੇ ਫਿਰਦੇ ਆ, ਸਾਨੂੰ ਤਾਂ ਕਿੱਥੋਂ ਚੜ੍ਹਾਉਣਗੇ ਉਹ। PRTC ਦੀਆਂ ਬੱਸਾਂ ਦੇ ਵਿੱਚ 52 ਸੀਟਾਂ ਤੋਂ ਵੱਧ, ਯਾਨੀ ਕਿ ਜਿੰਨੀਆਂ ਸੀਟਾਂ ਨੇ ਉਨੀਆਂ ਸਵਾਰੀਆਂ ਲਿਜਾਣ ਦੇ ਫੈਸਲੇ ਤੋਂ ਬਾਅਦ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕ ਇੰਨੇ ਦੁਖੀ ਨੇ ਕਿ ਉਹਨਾਂ ਨੇ ਪਟਿਆਲੇ ਤੋਂ ਸੰਗਰੂਰ ਨੈਸ਼ਨਲ ਹਾਈਵੇ ਦੇ ਉੱਪਰ ਜਾਮ ਲਗਾ ਦਿੱਤਾ। ਪਹਿਲੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਹ ਉਹ ਯਾਤਰੀ ਨੇ ਜਿਨ੍ਹਾਂ ਦੇ ਵੱਲੋਂ ਬੱਸਾਂ ਨੂੰ ਰੋਕਿਆ ਗਿਆ ਅਤੇ ਉਸ ਤੋਂ ਬਾਅਦ ਅੱਕੇ ਹੋਏ ਬੱਸ ਡਰਾਈਵਰਾਂ ਨੇ ਵੀ ਬੱਸਾਂ ਨੂੰ ਰੋਡ ਦੇ ਵਿਚਕਾਰ ਲਾ ਕੇ ਪ੍ਰੋਟੈਸਟ ਸ਼ੁਰੂ ਕਰ ਦਿੱਤਾ। ਬਹਿਸ ਹਜੇ ਤੱਕ ਚੱਲ ਰਹੀ ਹੈ, ਪੁਲਿਸ ਵੀ ਆਈ ਹੈ, ਪਰ ਇਸ ਦਾ ਖਮਿਆਜ਼ਾ ਸਿਰਫ ਅਤੇ ਸਿਰਫ ਉਹਨਾਂ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਜਿਨ੍ਹਾਂ ਨੇ ਆਪਣੇ ਘਰਾਂ ਨੂੰ ਜਾਣਾ ਹੈ, ਜਿਨ੍ਹਾਂ ਨੂੰ ਪਹਿਲਾਂ ਬੱਸਾਂ ਨਹੀਂ ਸੀ ਮਿਲ ਰਹੀਆਂ ਕਿਉਂਕਿ 52 ਸੀਟਾਂ ਪੂਰੀਆਂ ਹੋ ਗਈਆਂ ਸੀ, ਉਹ ਖੜ੍ਹੇ ਰਹਿੰਦੇ ਸੀ, ਹੁਣ ਉਹਨਾਂ ਨੂੰ ਫਿਰ ਆਪਣੇ ਘਰਾਂ ਨੂੰ ਜਾਣ ਵਾਸਤੇ ਲੇਟ ਹੋਣਾ ਪਊਗਾ। ਤੁਸੀਂ ਦੇਖੋ ਕਿ ਇੱਥੇ ਯਾਤਰੀਆਂ ਨੂੰ ਸਮਝਾਉਣ ਦੀ ਗੱਲ ਹੋ ਰਹੀ ਹੈ ਕਿ ਤੁਸੀਂ ਇਸ ਜਾਮ ਨੂੰ ਖੋਲ੍ਹ ਦਿਓ। ਲੋਕ ਅੱਕੇ ਹੋਏ ਕਹਿੰਦੇ ਜੀ ਜਾਮ ਕਿਉਂ ਲੱਗਿਆ। ਤੁਸੀਂ ਦੇਖੋ ਕਿ ਮੈਂ ਜਿਹੜੇ ਰੋਜ਼ਾਨਾ ਦੇ ਯਾਤਰੀ ਨੇ, ਬੱਚੀਆਂ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦਾ। ਭੈਣ ਜੀ ਤੁਸੀਂ ਕਿੱਥੇ ਨੂੰ ਜਾਂਦੇ ਹੋਗੇ ਰੋਜ਼ਾਨਾ ਅਤੇ ਕਿੰਨੀ ਕੁ ਪਰੇਸ਼ਾਨੀ ਆਉਂਦੀ ਹੈ? ਰੋਜ਼ਾਨਾ ਜਾਣ ਵਾਲੀ ਨਹੀਂ, ਮੈਂ ਅੱਜ ਆਈ ਹਾਂ, ਪਰ ਚਲੋ ਆਪਾਂ ਬੱਸਾਂ 'ਚ ਸਰਵਿਸ ਕਰਦੇ ਹੀ ਰਹਿੰਦੇ, ਰੋਜ਼ ਹੀ ਸਫ਼ਰ ਕਰਦੇ ਹਾਂ। ਮੈਂ ਤਾਂ ਭਵਾਨੀਗੜ੍ਹ ਜਾਣਾ, ਪਰ ਮੈਂ 4 ਵਜੇ ਦੀ ਇੱਥੇ ਖੜੀ ਹਾਂ, ਬੁਰਾ ਹਾਲ ਹੈ। ਤੁਸੀਂ ਅੰਕਲ ਇੱਥੇ ਨਰਸਿੰਗ ਕਰਦੇ, ਰੋਜ਼ ਦਾ ਆਉਣਾ ਜਾਣਾ ਸਾਡਾ, ਕਿੰਨੀ ਕੁ ਪਰੇਸ਼ਾਨੀ ਹੋ ਰਹੀ? ਬਹੁਤ ਪਰੇਸ਼ਾਨੀ ਹੋ ਰਹੀ ਅੰਕਲ, ਉਹਨੇ ਅੱਗੇ ਸੰਗਰੂਰ ਤੋਂ ਵੀ ਗਾਹਾਂ ਪਹੁੰਚਣਾ, ਕੋਈ ਉੱਥੋਂ ਬੱਸ ਨਹੀਂ ਮਿਲੇਗੀ, ਇਨ ਕਿਸੇ ਦੀ ਤਾਂ ਸਿਰਦਰਦੀ ਨਹੀਂ ਹੈ ਨਾ, ਜਿਹਦੇ ਘਰੇ ਮੇਲਸ ਨਹੀਂ ਆ ਉਹ ਕਿੱਧਰ ਜਾਵੇ। ਤੁਸੀਂ ਸ਼ਾਮ ਨੂੰ ਲੇਟ ਜਾਂਦੇ ਜਦੋਂ ਬੱਸ? ਹਾਂਜੀ ਸ਼ਾਮ ਨੂੰ ਲੇਟ ਜਾਂਦੇ ਹਾਂ, ਸਾਨੂੰ ਮੈਂ ਇੱਥੇ 4:15 ਪਹੁੰਚਦੀ ਹਾਂ ਡੇਲੀ, ਅਤੇ ਘਰੇ ਪਹੁੰਚਦੀ ਹਾਂ ਉਹਦੇ 6:30 ਰਹੋ ਦੇ, ਅੱਜ ਹੁਣ ਆਹ ਹਾਲ ਹੈ, ਤਾਂ 9:10 ਵਾਲਾ ਹਾਲ ਹੋ ਰਿਹਾ। ਅੱਗੇ ਮੁਸ਼ਕਿਲ ਹੋਣੀ ਹੈ ਜਾਣ? ਓਬਵੀਅਸਲੀ ਹੋਣੀ ਅੰਕਲ, ਸਾਡੀ ਇਹ ਚੀਜ਼ਾਂ ਕਰਕੇ ਸਾਡੀ ਅਟੈਂਡੈਂਸ ਘੱਟ ਰਹੀ ਹੈ, ਸਾਡੀ ਸਟੱਡੀਜ਼ 'ਤੇ ਵੀ ਇਫੈਕਟ ਪੈਂਦਾ, ਘਰ ਦੇ ਵੀ ਸਾਰਾ ਟਾਈਮ ਸਟ੍ਰੈਸ ਦੇ ਵਿੱਚ ਰਹਿੰਦੇ ਨੇ, ਬੱਚੇ ਘਰੇ ਨਹੀਂ ਪਹੁੰਚੇ, ਇੰਨਾ ਟਾਈਮ ਹੋ ਗਿਆ। ਖਾਸ ਤੌਰ 'ਤੇ ਜਿਹੜੀਆਂ ਲੜਕੀਆਂ ਨੇ, ਬਾਈਪਾਸ ਹੈ ਇਹਨੂੰ, ਤੁਸੀਂ ਰਾਤ ਨੂੰ ਆ ਕੇ ਦੇਖ ਲਿਓ, ਮੈਂ ਤੁਹਾਨੂੰ ਲਿਖ ਕੇ ਦਿੰਦੀ ਹਾਂ, ਇੱਥੇ ਤੁਹਾਨੂੰ ਲਾਈਟ ਦਿਖ ਜਾਵੇ, ਇੱਥੇ ਕੋਈ ਕੁੜੀ ਰਾਤ ਨੂੰ ਆ ਕੇ ਬੱਸ ਨਹੀਂ ਚੜ੍ਹ ਸਕਦੀ 9 ਵਜੇ ਤੱਕ। ਬਹੁਤ ਬੁਰਾ ਹਾਲ ਹੈ ਪੰਜਾਬ ਦਾ, ਬਹੁਤ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਹੈ, ਅਤੇ ਅੱਜ ਕੁੜੀ ਇੱਥੇ ਸੇਫ ਨਹੀਂ ਹੈ, ਆਪਣੇ ਲੋਕਾਂ 'ਚ ਸੇਫ ਨਹੀਂ ਹੈ, ਕੱਲ੍ਹ ਨੂੰ ਦੂਰ ਦੀ ਤਾਂ ਆਪਾਂ ਗੱਲ ਹੀ ਕੀ ਕਰੀਏ, ਆਪਣੇ ਪੰਜਾਬ 'ਚ ਆਪਾਂ ਸੇਫ ਨਹੀਂ। ਬੱਸਾਂ ਨਹੀਂ ਰੁਕਦੀਆਂ ਇੱਥੇ? ਕੋਈ ਬੱਸ ਨਹੀਂ ਰੁਕ ਰਹੀ ਇੱਥੇ, ਕਿੰਨੇ ਟਾਈਮ ਦੇ ਸਾਰੇ ਖੜ੍ਹੇ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ। ਤੁਸੀਂ ਵੀ ਡੇਲੀ ਅਪ ਡਾਊਨ ਕਰਦੇ? ਹਾਂਜੀ ਵੀਰੇ, ਰੋਜ਼ ਅਸੀਂ ਗਰਾਊਂਡ ਜਾਣਾ ਹੁੰਦਾ, ਮੈਂ ਗਰਾਊਂਡ, ਮੇਰੀ ਇਹ ਟਾਈਮਿੰਗ ਹੁੰਦੀ ਹੈ, ਮੈਂ ਇੱਥੇ 4:30, ਮੇਰਾ ਕਲਬੁਰਛਾ ਪਿੰਡ ਹੈ ਵੀਰੇ,
ਤੇ ਟੋਲ ਤੇ ਸਾਨੂੰ ਚੜ੍ਹਦੀ ਨਹੀਂ ਹੈਗੇ, ਕਹਿ ਦਿੰਦੇ ਪਿੱਛੋਂ ਸੰਗਰੂਰ ਵਾਲੇ ਮੇਨ ਸਵਾਰੀਆਂ ਚੜ੍ਹਾ ਲੈਂਦੇ, ਸਾਨੂੰ ਚੜ੍ਹਾਉਂਦੀ ਨਹੀਂ ਹੈਗੇ। ਪੌਨੀਗੜ ਵਾਲੇ ਤੱਕ ਉਰੇ ਰੁਲਦੇ ਫਿਰਦੇ, ਸਾਨੂੰ ਤਾਂ ਕਿੱਥੋਂ ਚੜ੍ਹਾਉਣਗੇ ਉਹ। ਜਦੋਂ ਦਾ ਰਾਜੇ 52 ਸੀਟਾਂ ਦਾ ਆ ਫੈਸਲਾ ਆਇਆ ਗਾ, ਵੀ ਯੂਨੀਅਨ ਨੇ ਫੈਸਲਾ ਲਿਆ ਵੀ ਅਸੀਂ ਚੜ੍ਹਾਉਣੇ ਨਹੀਂ ਗੇ 52 ਤੋਂ ਵੱਧ, ਉਹਦਾ ਵੀ ਨੁਕਸਾਨ ਤੁਹਾਨੂੰ ਦੁੱਖ ਹੋ ਰਿਹਾ ਵੀ ਬਹੁਤ ਜ਼ਿਆਦਾ? ਬਹੁਤ ਜ਼ਿਆਦਾ ਨੁਕਸਾਨ ਹੈ ਉਸਦਾ। ਅਸੀਂ ਉਂਝ ਵੀ ਅੱਗੇ ਵੀ ਅਸੀਂ ਲਟਕ ਲਟਕ ਕੇ ਜਾਂਦੇ ਹਾਂ, ਸਾਨੂੰ ਸੀਟਾਂ ਤਾਂ ਅੱਜ ਤੱਕ ਪਹਿਲਾਂ ਵੀ ਨਹੀਂ ਕਦੇ ਮਿਲੀਆਂ, ਚਾਹੇ 52 ਸੀਟਾਂ ਵਾਲਾ ਚਾਹੇ ਲਟਕਣ ਜਾਣਾ। ਬਟ ਇਹਨਾਂ ਨੂੰ ਇਹ ਚਾਹੀਦਾ ਵੀ ਵਿੱਚ ਖੜੇ ਤਾਂ ਲੋਕ ਸੇਫ ਹੈਗੇ ਨੇ ਨਾ, ਜਿਹੜੇ ਲਟਕ ਰਹੇ ਨੇ ਉਹਨਾਂ ਲਈ ਦਿੱਕਤ ਹੋ ਸਕਦੀ, ਕੋਈ ਨੁਕਸਾਨ ਹੋ ਸਕਦਾ, ਪਰ ਜਿਹੜੇ ਵਿੱਚ ਖੜੇ ਨੇ ਉਹਨਾਂ ਲਈ ਤਾਂ ਕੋਈ ਨੁਕਸਾਨ ਨਹੀਂ ਹੈਗਾ, ਵਿੱਚ 10-15 ਸੇਫਲੀ ਖੜ ਸਕਦੇ ਆ। ਤੁਸੀਂ ਸ਼ਾਮ ਨੂੰ ਹੁਣ ਘਰੇ ਪਹਿਲਾਂ ਕਿੰਨੇ ਵਜੇ ਪਹੁੰਚਦੇ ਸੀ ਆ ਬੱਸਾਂ ਦਾ? ਜਦੋਂ ਮੈਨੂੰ ਘਰੇ ਜਾ ਕੇ ਅਸੀਂ ਕੰਮ ਧੰਦੇ ਵੀ ਕਰਨੇ ਹੁੰਦੇ, ਮੈਂ ਹੁਣ ਘਰੇ ਹੁੰਦੀ ਹਾਂ ਇਸ ਟਾਈਮ 'ਤੇ, ਅਤੇ ਅੱਜ ਇੱਥੇ ਖੜੇ ਹਾਂ। ਅੱਜ ਬੱਸ ਨਹੀਂ ਮਿਲ ਰਹੀ ਹੈਗੀ ਇੱਥੇ, ਰੋਜ਼ ਇਹੀ ਦਿੱਕਤ ਆ ਰਹੀ ਸਾਨੂੰ, ਪਹਿਲਾਂ ਅੰਦਰੋਂ ਨਹੀਂ ਬੱਸ ਮਿਲਦੀ ਹੈਗੀ, ਹੁਣ ਇੱਥੋਂ ਨਹੀਂ ਮਿਲਦੀ। ਬਿਲਕੁਲ, ਤੁਸੀਂ ਦੇਖੋ ਕਿ ਜਿਹੜੀਆਂ ਲੜਕੀਆਂ ਨੇ ਗੇਮ ਲਾਉਣ ਆਉਂਦੀਆਂ ਨੇ, ਕਲਬੁਰਸ਼ਾ ਪਿੰਡ ਹੈ ਭਵਾਨੀਗੜ੍ਹ ਤੋਂ, ਪਹਿਲਾਂ ਇਹ ਕਹਿੰਦੇ ਇਸ ਟਾਈਮ ਅਸੀਂ ਆਪਦੇ ਘਰਾਂ ਨੂੰ ਚਲੇ ਜਾਂਦੇ ਸੀ, ਪਰ ਫਿਲਹਾਲ ਕਈ ਦਿਨਾਂ ਤੋਂ ਸਾਨੂੰ ਇੱਥੇ ਹੀ ਖੱਜਲ ਖੁਆਰ ਹੋਣਾ ਪੈ ਰਿਹਾ। ਤੁਸੀਂ ਪਿੱਛੇ ਦੇਖ ਲਓ ਕਿ ਜਿਹੜੇ ਯਾਤਰੀ ਨੇਗੇ, ਇਹਨਾਂ ਦੀਆਂ ਬੱਸਾਂ ਨੂੰ ਇੱਥੇ ਰੋਕ ਲਿਆ ਗਿਆ, ਕਿਸੇ ਨੇ ਬਠਿੰਡੇ ਜਾਣਾ, ਕਿਸੇ ਨੇ ਮਾਨਸਾ ਜਾਣਾ, ਦੂਰ ਦੂਰ ਤੋਂ ਜਾਣਾ, ਅਤੇ ਇੱਥੇ ਬੱਸਾਂ ਦੇ ਵਿੱਚ ਫਸੇ ਨੇ। ਅਤੇ ਇਸ ਤੋਂ ਬਾਅਦ ਇੱਧਰ ਜਿਹੜੇ ਡਰਾਈਵਰ ਸਾਹਿਬ ਨੇ ਉਹ ਵੀ ਟ੍ਰੈਫਿਕ ਦੇ ਜਾਮ 'ਚ ਫਸੇ ਨੇ, ਉਹਨਾਂ ਨਾਲ ਗੱਲ ਕਰ ਲੈਣਾ। ਵੀਰ ਜੀ, ਕਿੰਨਾ ਕੁ ਪਰੇਸ਼ਾਨੀ ਹੋ ਰਹੀ ਹੈ ਤੁਹਾਨੂੰ? ਪਰੇਸ਼ਾਨੀ ਤਾਂ ਹੋ ਰਹੀ ਹੈ, ਬਹੁਤ ਜ਼ਿਆਦਾ ਹੋ ਰਹੀ ਹੈ ਜੀ ਪਰੇਸ਼ਾਨੀ ਤਾਂ। ਅੱਛਾ, ਸਭ ਨੂੰ ਹੀ ਹੋ ਰਹੀ ਹੈ ਜੀ, ਪਬਲਿਕ ਨੂੰ ਹੋ ਰਹੀ ਹੈ। ਬਸ ਐਂ ਨਹੀਂ, ਲਾਲਜੀਤ ਭੁੱਲਰ ਜੀ ਨੇ ਆਹ ਟਰਾਂਸਪੋਰਟ ਮੰਤਰੀ ਨੇ ਇੱਕ ਗੱਲ ਬਹੁਤ ਵਧੀਆ ਕਰੀ ਹੈ ਵੀ ਅੰਡਰ ਲੋਡ ਚੱਲੋ, ਕੋਈ ਹਾਦਸਿਆਂ ਤੋਂ ਬਹੁਤ ਵਧੀਆ ਬਚਾਅ ਰਹੂਗਾ ਜੀ, ਬਾਕੀ ਕਾਰਪੋਰੇਸ਼ਨ ਦਾ ਫਾਇਦਾ ਰਹੂਗਾ ਜੀ ਇਹ ਲੋਕਾਂ ਨੂੰ। ਪਰ ਖਾਸ ਤੌਰ 'ਤੇ ਜਿਹੜੀ ਲੇਡੀਜ਼ ਨੇ ਉਹਨਾਂ ਨੂੰ ਬੱਸਾਂ 'ਚ ਜਗ੍ਹਾ ਨਹੀਂ ਮਿਲਦੀ ਕਿਉਂਕਿ 52 ਹੋ ਜਾਂਦੀਆਂ ਨੇ ਸੀਟਾਂ ਪੂਰੀਆਂ, ਉਹ ਪਰੇਸ਼ਾਨੀ ਵੀ ਹੋ ਰਹੀ ਹੈ? ਪਰੇਸ਼ਾਨੀ ਤਾਂ ਜੀ ਬੱਸਾਂ ਘੱਟ ਨੇ ਜੀ, ਬੱਸਾਂ ਪਾਉਣ ਦਾ ਹੱਕ ਬਣਦਾ ਸਰਕਾਰ ਦਾ ਜੀ। ਤੁਸੀਂ ਕਿੱਥੇ ਜਾਣਾ ਸੀ? ਮੈਂ ਮਾਨਸਾ ਬਠਿੰਡਾ ਜੀ। ਮਾਨਸਾ ਕਿੰਨੇ ਵਜੇ ਬੱਸ ਪਹੁੰਚ ਜਾਂਦੀ ਹੈਗੀ? ਇਹ 7:30 ਵਜੇ ਪਹੁੰਚ ਜਾਂਦਾ ਜੀ। ਅੱਜ ਲੇਟ ਹੋਵੋਗੇ? ਹੋਵਾਂਗੇ ਜੀ। ਹਾਂ, ਰੋਜ਼ ਹੀ ਹੋ ਰਹੇ 4-5 ਦਿਨਾਂ ਤੋਂ? ਨਹੀਂ, ਅੱਜ ਹੀ ਹੋ ਰਹੇ ਹੈ ਜਾਮ ਕਰਕੇ। ਹਾਂ ਜੀ। ਸੋ ਇਹ ਜਿਹੜੇ ਡਰਾਈਵਰ ਨੇ ਇਹ ਕਹਿੰਦੇ ਅਸੀਂ 7:30 ਵਜੇ ਮਾਨਸਾ ਪਹੁੰਚ ਜਾਂਦੇ ਹਾਂ। ਤੁਸੀਂ ਦੇਖੋ ਸਿਰਫ ਇੱਕ ਇਹ ਬੱਸ ਨਹੀਂ ਹੈਗੀ, ਇਹ ਵੀ ਬੱਸ ਹੈ, ਇਹਦੇ ਵਿੱਚ ਵੀ ਯਾਤਰੀ ਨੇ ਜੋ ਕਿਸੇ ਨੇ ਸਨਾਮ ਬਠਿੰਡਾ ਮਾਨਸਾ ਜਾਣਾ, ਪਰ ਇੱਥੇ ਜਾਮ ਲੱਗ ਗਿਆ। ਜਾਮ ਜਦੋਂ ਲੱਗਿਆ ਤਾਂ ਬੱਸਾਂ ਜਾਮ 'ਚ ਫਸੀਆਂ, ਅਤੇ ਉਹਦਾ ਜਿਹੜਾ ਖਮਿਆਜ਼ਾ ਹੈਗਾ ਉਹਨਾਂ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਜਿਹੜੇ ਇਹਨਾਂ ਬੱਸਾਂ ਦੇ ਵਿੱਚ ਫਸੇ ਨੇ। ਤੁਸੀਂ ਦੇਖੋ ਕਿ ਇਹ ਜਿਹੜਾ ਪੂਰਾ ਰੋਡ ਹੈਗਾ ਇਹਨੂੰ ਜਾਮ ਕਰ ਦਿੱਤਾ। ਜਾਮ ਕਰਨ ਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਚਾਹੇ ਕੋਈ ਸਟੂਡੈਂਟ ਆ ਜਾਂ ਕੋਈ ਨੌਕਰੀ ਪੇਸ਼ਾ ਵਿਅਕਤੀ ਹੈ। ਤੁਸੀਂ ਇੱਧਰ ਵੀ ਦੇਖੋ ਕਿ ਕਿੰਨੇ ਜਿਹੜੇ ਯਾਤਰੀ ਨੇ ਇਸੇ ਤਰ੍ਹਾਂ ਠੰਡ 'ਚ ਖੜ੍ਹੇ ਨੇਗੇ। PRTC ਦੇ ਜਿਹੜੇ ਵਰਕਰ ਨੇ, ਕੰਡਕਟਰ ਨੇ, ਉਹਨਾਂ ਦਾ ਆਪਦਾ ਤਰਕ ਹੈ ਕਿ ਜੇਕਰ ਇੱਕ ਸੀਟ, ਇੱਕ ਟਿਕਟ ਸਵਾਰੀ ਦੀ ਨਾ ਕੱਟੀ ਜਾਵੇ ਤਾਂ 4 ਵਾਰੀ ਰਿਪੋਰਟਾਂ ਹੋਣ 'ਤੇ ਉਹਨਾਂ ਨੂੰ ਨੌਕਰੀ ਤੋਂ ਹਟਾ ਲਿਆ ਜਾਂਦਾ। ਵੀਰ ਜੀ, ਤੁਹਾਡਾ ਕੀ ਨਾਮ ਹੈ? ਹਰਦੀਪ ਸਿੰਘ ਬੋਲਦੇ ਜੀ। ਹਰਦੀਪ ਜੀ, ਬੱਸ ਕਿੱਥੇ ਜਾਂਦੀ ਹੈ ਆਪਣੀ? ਮੈਂ ਸਨਾਮ ਤੱਕ ਜਾਂਦੀ ਜੀ। ਸਨਾਮ? ਹਾਂਜੀ। ਪਰੇਸ਼ਾਨੀ ਦਾ ਸਾਹਮਣਾ ਕਰਨਾ ਤੁਹਾਨੂੰ? ਹਾਂਜੀ ਹਾਂਜੀ, ਕਰ ਰਹੇ ਜੀ। ਕੀ ਲੱਗਦਾ ਹੈਗਾ, ਕਹਿੰਦੇ ਰਿਪੋਰਟ ਵੀ ਇੱਕ ਹੋ ਜਾਂਦੀ ਹੈ ਜੇ ਭੀੜ ਦੇ ਵਿੱਚ ਟਿਕਟ ਨਾ, ਇੱਕ ਵੀ ਟਿਕਟ ਰਹੇ ਚਾਹੇ 5 ਰੁਪਏ ਦੀ 10 ਰੁਪਏ ਦੀ ਰਹੇ ਜੀ, ਉਹਦੀ ਰਿਪੋਰਟ ਆ ਜੀ। ਇੱਕ ਤੋਂ ਬਾਅਦ 2-3-4 ਵਾਰ ਤੋਂ ਘਰੇ ਤੋਰ ਦਿੰਦੇ ਨੇ, ਮੁੜ ਕੇ ਕੋਈ ਸੁਣਵਾਈ ਨਹੀਂ ਹੈਗੀ। ਝੋਲਾ ਲੈ ਲੈਂਦੇ ਨੇ? ਹਾਂ, ਬਸ ਸਾਰਾ ਕੁਝ ਫੜ ਲੈਂਦੇ ਨੇ, ਪਹਿਲੀ ਤੋਂ ਹੀ ਬਾਅਦ 10 ਰੁਪਏ ਦੀ ਰਿਪੋਰਟ ਤੋਂ ਬਾਅਦ ਝੋਲਾ ਖੋਲ ਲੈਂਦੇ ਨੇ। 3 ਮਹੀਨੇ ਕੋਈ ਸੁਣਵਾਈ ਨਹੀਂ ਜੀ, ਜੇ 3 ਮਹੀਨਿਆਂ ਤੋਂ ਬਾਅਦ ਫਿਰ ਪੁੱਛਦੇ ਨੇ ਵੀ ਤੁਹਾਡਾ ਕੀ ਕਰਨਾ ਕੀ ਨਹੀਂ, ਤੁਹਾਡਾ ਬਣੂ ਕੁਛ ਨਹੀਂ ਬਣੂਗਾ, 3 ਮਹੀਨਿਆਂ ਤੋਂ ਬਾਅਦ ਪਤਾ ਲੱਗਦਾ। ਬਿਲਕੁਲ, ਤੁਸੀਂ ਦੇਖੋ PRTC ਦੇ ਕੰਡਕਟਰ ਨੇ, ਉਹ ਕਹਿੰਦੇ ਜੇ ਭੀੜ ਦੇ ਵਿੱਚ ਇੱਕ ਸਵਾਰੀ ਦੀ ਟਿਕਟ ਵੀ ਰਹਿ ਜੇ ਤਾਂ ਸਾਨੂੰ ਨਾਲ ਦੀ ਨਾਲ 4 ਰਿਪੋਰਟਾਂ ਤੋਂ ਬਾਅਦ ਨੌਕਰੀ ਤੋਂ ਫਾਰਗ ਕਰ ਦਿੱਤਾ ਜਾਂਦਾ। ਤੁਸੀਂ ਇੱਧਰ ਦੇਖ ਲਓ, ਇਹ ਵੀ ਯਾਤਰੀ ਨੇ ਕਿ ਕਿਸੇ ਨੇ ਆਪਣੇ ਪਿੰਡ ਜਾਣਾ, ਕਿਸੇ ਨੇ ਵਾਪਸ ਆਪਣੀ ਨੌਕਰੀ 'ਤੇ ਜਾਣਾ, ਕਈਆਂ ਦੀ ਰਾਤ ਦੀ ਸ਼ਿਫਟ ਹੁੰਦੀ ਆ, ਉਹ ਵੀ ਇਸ ਜਾਮ ਦੇ ਵਿੱਚ ਫਸੇ ਹੋਏ ਨੇ, ਜਿਸ ਨੂੰ ਹੱਲ ਕਰਨ ਦੇ ਲਈ ਪੁਲਿਸ ਇੱਥੇ ਪਹੁੰਚੀ ਹੈ। ਪਰ ਫਿਲਹਾਲ ਇਹ ਜਿਹੜਾ ਰੋਡ ਜਾਮ ਕੀਤਾ ਗਿਆ ਉਹ ਲਗਾਤਾਰ ਜਾਰੀ ਹੈ, ਅਤੇ ਇਹਦਾ ਖਮਿਆਜ਼ਾ ਸਿਰਫ ਅਤੇ ਸਿਰਫ ਆਮ ਲੋਕਾਂ ਨੂੰ ਖੱਜਲ ਖੁਆਰ ਹੋ ਕੇ ਭੁਗਤਣਾ ਪੈ ਰਿਹਾ।
ਪਸਿਆਣਾ ਦੇ ਨੈਸ਼ਨਲ ਹਾਈਵੇ ਨੰਬਰ 7 ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।